ਤੁਹਾਨੂੰ ਦਿੱਕਤ ਕਦੇ ਫੀਲ ਨਹੀਂ ਹੋਈ ਕਿ ਕਿਸੇ ਦੀ ਟੋਇਲਟ ਨੂੰ ਸਾਫ਼ ਕਰਨਾ, ਕਿਸੇ ਦੇ ਕੀੜੇ ਪਏ ਹੋਏ ਆ ਉਸਨੂੰ ਚੁੱਕਣਾ, ਕਿਵੇਂ ਤੁਸੀਂ ਤੁਹਾਨੂੰ ਲੱਗਿਆ ਕਿ ਹਾਂ ਇਹ ਮੈਂ ਕਰ ਸਕਦਾ? ਬਿਲਕੁਲ ਵੀਰ ਜੀ, ਮੈਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਇੱਦਾਂ ਹੀ ਸੀ ਵੀ ਮੈਨੂੰ ਵੀ ਸਮੈਲ ਆਉਂਦੀ ਸੀ, ਮੈਨੂੰ ਵੀ ਕਚਿਆਣ ਆਉਂਦੀ ਸੀ, ਐਂ ਲੱਗਦਾ ਸੀਗਾ ਵੀ ਕੀ ਹਾਲਾਤ ਬਣੇ ਹੋਏ ਅੱਜ। ਪਰ ਅੱਜ ਪਤਾ ਨਹੀਂ ਪਰਮਾਤਮਾ ਨੇ ਜਿਹੜੀ ਸਾਡੇ 'ਤੇ ਕਿਰਪਾ ਕੀਤੀ ਆ, ਮੈਂ ਉਸ ਚੀਜ਼ ਨੂੰ ਦੁੱਖ ਕਹਾਂ ਜਾਂ ਸੁੱਖ ਕਹਾਂ, ਜਦੋਂ 99 ਦੇ ਵਿੱਚ ਮੇਰੇ ਫਾਦਰ ਸਾਹਿਬ ਸਰਦਾਰ ਜਗਿੰਦਰ ਸਿੰਘ ਜੀ ਫੌਜ ਦੇ ਵਿੱਚੋਂ ਰਿਟਾਇਰ ਸੀ, ਉਹਨਾਂ ਨੇ 61 ਵਾਲੀ ਲੜਾਈ ਦੇ ਵਿੱਚ ਹਿੱਸਾ ਵੀ ਲਿਆ ਅਤੇ ਉਹਨਾਂ ਨੂੰ ਪੈਰਾਲਾਈਜ਼ ਹੋ ਜਾਂਦਾ 98 ਦੇ ਵਿੱਚ, ਦੋਨੋਂ ਇੱਕ ਸਾਈਡ ਹੱਥ ਅਤੇ ਪੈਰ ਉਹਨਾਂ ਦਾ ਰੁਕ ਜਾਂਦਾ। ਮੇਰੇ ਫਾਦਰ ਸਾਹਿਬ, ਮੈਂ ਅਸੀਂ 3 ਬ੍ਰਦਰ ਸੀ, ਮੈਂ ਨਾਨਕੇ ਰਹਿ ਕੇ ਜੰਮਿਆ ਪਲਿਆ, ਆਪਣੇ 2 ਬ੍ਰਦਰ ਛੋਟੇ ਸੀ ਮੇਰੇ ਤੋਂ, ਪੜ੍ਹਦੇ ਸੀ ਪਿੰਡ ਇੱਥੇ ਮੰਮੀ ਪਾਪਾ ਦੇ ਕੋਲ। ਮੈਂ ਵੱਡਾ ਹੋਣ ਦੇ ਨਾਤੇ ਪਾਪਾ ਨੂੰ ਹੋਸਪਿਟਲ ਦੇ ਵਿੱਚ ਰਹਿਣਾ ਪਿਆ, ਮੈਨੂੰ ਛੋਟੇ ਪੜ੍ਹਦੇ ਸੀ ਦੋਨੇ, ਮੈਂ ਪੜ੍ਹ ਹਟਿਆ ਸੀ, ਫੇਲਾ ਸੀ। ਤਾਂ ਉਹ 6 ਮਹੀਨੇ ਹੋਸਪਿਟਲ 'ਚ ਰਹੇ, ਪਾਪਾ ਦੇ ਟੋਇਲਟ ਸਾਫ਼ ਕਰਨੇ, ਡਾਇਪਰ ਚੇਂਜ ਕਰਨੇ, ਸ਼ਾਇਦ ਕਿਤੇ ਨਾ ਕਿਤੇ ਸਮੈਲ ਤਾਂ ਉਦੋਂ ਹੀ ਆਉਣੋਂ ਹਟ ਗਈ ਸੀ, ਕਿਉਂਕਿ ਆਪਣੇ ਬਾਪ ਤੋਂ ਵੱਧ ਕੇ ਹੋਰ ਬੰਦਾ ਕਿਹਦੇ ਨੇੜੇ ਹੋ ਸਕਦਾ। ਅਤੇ ਬਾਪ ਵੀ ਉਹ ਸੀ ਜਿਹਨਾਂ ਨੇ ਸਾਡੇ ਸਿਰ 'ਤੇ ਹੱਥ ਰੱਖਿਆ ਸੀ। ਫਿਰ ਸਮਾਂ ਬੀਤਦਾ ਗਿਆ ਜੀ, 6 ਮਹੀਨੇ ਅਸੀਂ ਦਯਾਨੰਦ ਹਸਪਤਾਲ ਦੇ ਵਿੱਚ ਦਾਖਲ ਰਹੇ, ਮੇਰੇ ਫਾਦਰ ਸਾਹਿਬ ਡਾਇਲਸਿਸ ਹੁੰਦੀ ਸੀ। 6 ਮਹੀਨਿਆਂ 'ਚ ਅਸੀਂ ਸਾਰਾ ਕੁਛ ਗਵਾ ਲਿਆ ਆਪਣਾ, ਮੰਮੀ ਦੇ ਗਹਿਣੇ ਵੀ ਵਿਕ ਗਏ, ਜੋ ਜਮ੍ਹਾਂ ਪੂੰਜੀ ਸੀ ਉਹ ਵੀ ਲੱਗ ਗਈ, ਇੱਕ ਜ਼ਮੀਨ ਸੀ ਬਾਪੂ ਜੀ ਨੇ ਸਾਡੇ ਨੇ ਲਈ 6 ਕਨਾਲਾ ਮੁੱਲ, ਉਹ ਵੀ ਵੇਚ ਕੇ ਅਸੀਂ ਉਹਨਾਂ 'ਤੇ ਲਾਤੀ। ਪਰ ਫਾਦਰ ਸਾਹਿਬ ਵੀ ਨਹੀਂ ਬਚ ਸਕੇ, ਪੈਸਾ ਵੀ ਸਾਰਾ ਕੁਛ ਲੱਗ ਗਿਆ। ਅਤੇ ਹਰ ਰੋਜ਼ ਉਸ ਵਾਰਡ ਦੇ ਵਿੱਚ ਜਿਹਦੇ 'ਚ ਅਸੀਂ ਬੈਠੇ ਸੀ, ਕਿਸੇ ਇਸ ਬੈੱਡ 'ਤੇ ਮੌਤ ਹੋ ਜਾਣੀ, ਕਿਸੇ ਦੀ ਕਿਸੇ ਇਸ ਬੈੱਡ 'ਤੇ ਮੌਤ ਹੋ ਜਾਣੀ, ਬੈੱਡ ਸ਼ੀਟ ਵੀ ਉੱਪਰੋਂ ਲਾਹ ਲਈ ਜਾਂਦੀ ਸੀ ਵੀ ਉਹ ਮਰੇ ਹੋਏ ਬੰਦੇ ਤੋਂ। ਕਈ ਵਾਰੀ ਐਸੇ ਹਾਲਾਤ ਦੇਖਣੇ, ਕੋਲੇ ਖੜੀ ਪਤਨੀ ਰੋਂਦੀ ਹੋਣੀ ਜਾਂ ਮਾਂ ਰੋਂਦੀ ਹੋਣੀ, ਤਾਂ ਉਹਨਾਂ ਨੂੰ ਬੋਡੀ ਚੱਕਣ ਮੌਕੇ ਵੀ ਕੋਈ ਉਸ ਟਾਈਮ ਸਪੋਰਟ ਨਹੀਂ ਸੀ ਮਿਲਦੀ। ਉਹ ਦਿਲ 'ਚ ਦਰਦ ਦੇਖਿਆ, ਸਾਨੂੰ ਐਂ ਲੱਗਦਾ ਵੀ ਸਾਡੇ ਬਾਪੂ ਨਾਲ ਵੀ ਐਂ ਹੋਣੀ ਆ ਇੱਕ ਦਿਨ, ਵੀ ਐਂ ਇੱਕ ਦਿਨ ਇਹਨੇ ਵੀ ਪਿਆ ਰਹਿ ਜਾਣਾ। ਤੁਹਾਨੂੰ ਦਿੱਕਤ ਕਦੇ ਫੀਲ ਨਹੀਂ ਹੋਈ ਕਿ ਕਿਸੇ ਦੀ ਟੋਇਲਟ ਨੂੰ ਸਾਫ਼ ਕਰਨਾ, ਕਿਸੇ ਦੇ ਕੀੜੇ ਪਏ ਹੋਏ ਆ ਉਸਨੂੰ ਚੁੱਕਣਾ, ਕਿਵੇਂ ਤੁਸੀਂ ਤੁਹਾਨੂੰ ਲੱਗਿਆ ਕਿ ਹਾਂ ਇਹ ਮੈਂ ਕਰ ਸਕਦਾ? ਬਿਲਕੁਲ ਵੀਰ ਜੀ, ਮੈਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਇੱਦਾਂ ਹੀ ਸੀ ਵੀ ਮੈਨੂੰ ਵੀ ਸਮੈਲ ਆਉਂਦੀ ਸੀ, ਮੈਨੂੰ ਵੀ ਕਚਿਆਣ ਆਉਂਦੀ ਸੀ, ਐਂ ਲੱਗਦਾ ਸੀਗਾ ਵੀ ਕੀ ਹਾਲਾਤ ਬਣੇ ਹੋਏ ਅੱਜ। ਪਰ ਅੱਜ ਪਤਾ ਨਹੀਂ ਪਰਮਾਤਮਾ ਨੇ ਜਿਹੜੀ ਸਾਡੇ 'ਤੇ ਕਿਰਪਾ ਕੀਤੀ ਆ, ਮੈਂ ਉਸ ਚੀਜ਼ ਨੂੰ ਦੁੱਖ ਕਹਾਂ ਜਾਂ ਸੁੱਖ ਕਹਾਂ, ਜਦੋਂ 99 ਦੇ ਵਿੱਚ ਮੇਰੇ ਫਾਦਰ ਸਾਹਿਬ ਸਰਦਾਰ ਜਗਿੰਦਰ ਸਿੰਘ ਜੀ ਫੌਜ ਦੇ ਵਿੱਚੋਂ ਰਿਟਾਇਰ ਸੀ, ਉਹਨਾਂ ਨੇ 61 ਵਾਲੀ ਲੜਾਈ ਦੇ ਵਿੱਚ ਹਿੱਸਾ ਵੀ ਲਿਆ ਅਤੇ ਉਹਨਾਂ ਨੂੰ ਪੈਰਾਲਾਈਜ਼ ਹੋ ਜਾਂਦਾ 98 ਦੇ ਵਿੱਚ, ਦੋਨੋਂ ਇੱਕ ਸਾਈਡ ਹੱਥ ਅਤੇ ਪੈਰ ਉਹਨਾਂ ਦਾ ਰੁਕ ਜਾਂਦਾ। ਮੇਰੇ ਫਾਦਰ ਸਾਹਿਬ, ਮੈਂ ਅਸੀਂ 3 ਬ੍ਰਦਰ ਸੀ, ਮੈਂ ਨਾਨਕੇ ਰਹਿ ਕੇ ਜੰਮਿਆ ਪਲਿਆ, ਆਪਣੇ 2 ਬ੍ਰਦਰ ਛੋਟੇ ਸੀ ਮੇਰੇ ਤੋਂ, ਪੜ੍ਹਦੇ ਸੀ ਪਿੰਡ ਇੱਥੇ ਮੰਮੀ ਪਾਪਾ ਦੇ ਕੋਲ। ਮੈਂ ਵੱਡਾ ਹੋਣ ਦੇ ਨਾਤੇ ਪਾਪਾ ਨੂੰ ਹੋਸਪਿਟਲ ਦੇ ਵਿੱਚ ਰਹਿਣਾ ਪਿਆ, ਮੈਨੂੰ ਛੋਟੇ ਪੜ੍ਹਦੇ ਸੀ ਦੋਨੇ, ਮੈਂ ਪੜ੍ਹ ਹਟਿਆ ਸੀ, ਫੇਲਾ ਸੀ। ਤਾਂ ਉਹ 6 ਮਹੀਨੇ ਹੋਸਪਿਟਲ 'ਚ ਰਹੇ, ਪਾਪਾ ਦੇ ਟੋਇਲਟ ਸਾਫ਼ ਕਰਨੇ, ਡਾਇਪਰ ਚੇਂਜ ਕਰਨੇ, ਸ਼ਾਇਦ ਕਿਤੇ ਨਾ ਕਿਤੇ ਸਮੈਲ ਤਾਂ ਉਦੋਂ ਹੀ ਆਉਣੋਂ ਹਟ ਗਈ ਸੀ, ਕਿਉਂਕਿ ਆਪਣੇ ਬਾਪ ਤੋਂ ਵੱਧ ਕੇ ਹੋਰ ਬੰਦਾ ਕਿਹਦੇ ਨੇੜੇ ਹੋ ਸਕਦਾ। ਅਤੇ ਬਾਪ ਵੀ ਉਹ ਸੀ ਜਿਹਨਾਂ ਨੇ ਸਾਡੇ ਸਿਰ 'ਤੇ ਹੱਥ ਰੱਖਿਆ ਸੀ। ਫਿਰ ਸਮਾਂ ਬੀਤਦਾ ਗਿਆ ਜੀ, 6 ਮਹੀਨੇ ਅਸੀਂ ਦਯਾਨੰਦ ਹਸਪਤਾਲ ਦੇ ਵਿੱਚ ਦਾਖਲ ਰਹੇ, ਮੇਰੇ ਫਾਦਰ ਸਾਹਿਬ ਡਾਇਲਸਿਸ ਹੁੰਦੀ ਸੀ। 6 ਮਹੀਨਿਆਂ 'ਚ ਅਸੀਂ ਸਾਰਾ ਕੁਛ ਗਵਾ ਲਿਆ ਆਪਣਾ, ਮੰਮੀ ਦੇ ਗਹਿਣੇ ਵੀ ਵਿਕ ਗਏ, ਜੋ ਜਮ੍ਹਾਂ ਪੂੰਜੀ ਸੀ ਉਹ ਵੀ ਲੱਗ ਗਈ, ਇੱਕ ਜ਼ਮੀਨ ਸੀ ਬਾਪੂ ਜੀ ਨੇ ਸਾਡੇ ਨੇ ਲਈ 6 ਕਨਾਲਾ ਮੁੱਲ, ਉਹ ਵੀ ਵੇਚ ਕੇ ਅਸੀਂ ਉਹਨਾਂ 'ਤੇ ਲਾਤੀ। ਪਰ ਫਾਦਰ ਸਾਹਿਬ ਵੀ ਨਹੀਂ ਬਚ ਸਕੇ, ਪੈਸਾ ਵੀ ਸਾਰਾ ਕੁਛ ਲੱਗ ਗਿਆ।
ਅਤੇ ਹਰ ਰੋਜ਼ ਉਸ ਵਾਰਡ ਦੇ ਵਿੱਚ ਜਿਹਦੇ 'ਚ ਅਸੀਂ ਬੈਠੇ ਸੀ, ਕਿਸੇ ਇਸ ਬੈੱਡ 'ਤੇ ਮੌਤ ਹੋ ਜਾਣੀ, ਕਿਸੇ ਦੀ ਕਿਸੇ ਇਸ ਬੈੱਡ 'ਤੇ ਮੌਤ ਹੋ ਜਾਣੀ, ਬੈੱਡ ਸ਼ੀਟ ਵੀ ਉੱਪਰੋਂ ਲਾਹ ਲਈ ਜਾਂਦੀ ਸੀ ਵੀ ਉਹ ਮਰੇ ਹੋਏ ਬੰਦੇ ਤੋਂ। ਕਈ ਵਾਰੀ ਐਸੇ ਹਾਲਾਤ ਦੇਖਣੇ, ਕੋਲ ਖੜ੍ਹੀ ਪਤਨੀ ਰੋਂਦੀ ਹੋਣੀ ਜਾਂ ਮਾਂ ਰੋਂਦੀ ਹੋਣੀ, ਤਾਂ ਉਹਨਾਂ ਨੂੰ ਬੋਡੀ ਚੱਕਣ ਮੌਕੇ ਵੀ ਕੋਈ ਉਸ ਟਾਈਮ ਸਪੋਰਟ ਨਹੀਂ ਸੀ ਮਿਲਦੀ। ਉਹ ਦਿਲ 'ਚ ਦਰਦ ਦੇਖਿਆ, ਸਾਨੂੰ ਐਂ ਲੱਗਦਾ ਵੀ ਸਾਡੇ ਬਾਪੂ ਨਾਲ ਵੀ ਐਂ ਹੋਣੀ ਆ ਇੱਕ ਦਿਨ, ਵੀ ਐਂ ਇੱਕ ਦਿਨ ਇਹਨੇ ਵੀ ਪਿਆ ਰਹਿ ਜਾਣਾ। ਤੁਹਾਨੂੰ ਦਿੱਕਤ ਕਦੇ ਫੀਲ ਨਹੀਂ ਹੋਈ ਕਿ ਕਿਸੇ ਦੀ ਟੋਇਲਟ ਨੂੰ ਸਾਫ਼ ਕਰਨਾ, ਕਿਸੇ ਦੇ ਕੀੜੇ ਪਏ ਹੋਏ ਆ ਉਸਨੂੰ ਚੁੱਕਣਾ, ਕਿਵੇਂ ਤੁਸੀਂ ਤੁਹਾਨੂੰ ਲੱਗਿਆ ਕਿ ਹਾਂ ਇਹ ਮੈਂ ਕਰ ਸਕਦਾ? ਬਿਲਕੁਲ ਵੀਰ ਜੀ, ਮੈਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਇੱਦਾਂ ਹੀ ਸੀ ਵੀ ਮੈਨੂੰ ਵੀ ਸਮੈਲ ਆਉਂਦੀ ਸੀ, ਮੈਨੂੰ ਵੀ ਇੱਕ ਚੈਨ ਆਉਂਦੀ ਸੀ, ਐਂ ਲੱਗਦਾ ਸੀਗਾ ਵੀ ਕੀ ਹਾਲਾਤ ਬਣੇ ਹੋਏ ਅੱਜ। ਪਰ ਅੱਜ ਪਤਾ ਨਹੀਂ ਪਰਮਾਤਮਾ ਨੇ ਜਿਹੜੀ ਸਾਡੇ 'ਤੇ ਕਿਰਪਾ ਕੀਤੀ ਆ, ਮੈਂ ਉਸ ਚੀਜ਼ ਨੂੰ ਦੁੱਖ ਕਹਾਂ ਜਾਂ ਸੁੱਖ ਕਹਾਂ, ਜਦੋਂ 99 ਦੇ ਵਿੱਚ ਮੇਰੇ ਫਾਦਰ ਸਾਹਿਬ ਸਰਦਾਰ ਜਗਿੰਦਰ ਸਿੰਘ ਜੀ ਫੌਜ ਦੇ ਵਿੱਚੋਂ ਰਿਟਾਇਰ ਸੀ, ਉਹਨਾਂ ਨੇ 61 ਵਾਲੀ ਲੜਾਈ ਦੇ ਵਿੱਚ ਹਿੱਸਾ ਵੀ ਲਿਆ ਅਤੇ ਉਹਨਾਂ ਨੂੰ ਪੈਰਾਲਾਈਜ਼ ਹੋ ਜਾਂਦਾ 98 ਦੇ ਵਿੱਚ, ਦੋਨੋਂ ਇੱਕ ਸਾਈਡ ਹੱਥ ਅਤੇ ਪੈਰ ਉਹਨਾਂ ਦਾ ਰੁਕ ਜਾਂਦਾ। ਮੇਰੇ ਫਾਦਰ ਸਾਹਿਬ, ਮੈਂ ਅਸੀਂ 3 ਬ੍ਰਦਰ ਸੀ, ਮੈਂ ਨਾਨਕੇ ਰਹਿ ਕੇ ਜੰਮਿਆ ਪਲਿਆ, ਆਪਣੇ 2 ਬ੍ਰਦਰ ਛੋਟੇ ਸੀ ਮੇਰੇ ਤੋਂ, ਪੜ੍ਹਦੇ ਸੀ ਪਿੰਡ ਇੱਥੇ ਮੰਮੀ ਪਾਪਾ ਦੇ ਕੋਲ। ਮੈਂ ਵੱਡਾ ਹੋਣ ਦੇ ਨਾਤੇ ਪਾਪਾ ਨੂੰ ਹੋਸਪਿਟਲ ਦੇ ਵਿੱਚ ਰਹਿਣਾ ਪਿਆ, ਮੈਨੂੰ ਛੋਟੇ ਪੜ੍ਹਦੇ ਸੀ ਦੋਨੇ, ਮੈਂ ਪੜ੍ਹ ਹਟਿਆ ਸੀ, ਫੇਲਾ ਸੀ। ਤਾਂ ਉਹ 6 ਮਹੀਨੇ ਹੋਸਪਿਟਲ 'ਚ ਰਹੇ, ਪਾਪਾ ਦੇ ਟੋਇਲਟ ਸਾਫ਼ ਕਰਨੇ, ਡਾਇਪਰ ਚੇਂਜ ਕਰਨੇ, ਸ਼ਾਇਦ ਕਿਤੇ ਨਾ ਕਿਤੇ ਸਮੈਲ ਤਾਂ ਉਦੋਂ ਹੀ ਆਉਣੋਂ ਹਟ ਗਈ ਸੀ, ਕਿਉਂਕਿ ਆਪਣੇ ਬਾਪ ਤੋਂ ਵੱਧ ਕੇ ਹੋਰ ਬੰਦਾ ਕਿਹਦੇ ਨੇੜੇ ਹੋ ਸਕਦਾ। ਅਤੇ ਬਾਪ ਵੀ ਉਹ ਸੀ ਜਿਹਨਾਂ ਨੇ ਸਾਡੇ ਸਿਰ 'ਤੇ ਹੱਥ ਰੱਖਿਆ ਸੀ। ਫਿਰ ਸਮਾਂ ਬੀਤਦਾ ਗਿਆ ਜੀ, 6 ਮਹੀਨੇ ਅਸੀਂ ਦਿਆਨੰਦ ਹਸਪਤਾਲ ਦੇ ਵਿੱਚ ਦਾਖਲ ਰਹੇ, ਮੇਰੇ ਫਾਦਰ ਸਾਹਿਬ ਡਾਇਲਸਿਸ ਹੁੰਦੀ ਸੀ। 6 ਮਹੀਨਿਆਂ 'ਚ ਅਸੀਂ ਸਾਰਾ ਕੁਛ ਗਵਾ ਲਿਆ ਆਪਣਾ, ਮੰਮੀ ਦੇ ਗਹਿਣੇ ਵੀ ਵਿਕ ਗਏ, ਜੋ ਜਮ੍ਹਾਂ ਪੂੰਜੀ ਸੀ ਉਹ ਵੀ ਲੱਗ ਗਈ, ਇੱਕ ਜ਼ਮੀਨ ਸੀ ਬਾਪੂ ਜੀ ਨੇ ਸਾਡੇ ਨੇ ਲਈ 6 ਕਨਾਲਾ ਮੁੱਲ, ਉਹ ਵੀ ਵੇਚ ਕੇ ਅਸੀਂ ਉਹਨਾਂ 'ਤੇ ਲਾਤੀ, ਪਰ ਫਾਦਰ ਸਾਹਿਬ ਵੀ ਨਹੀਂ ਬਚ ਸਕੇ, ਪੈਸਾ ਵੀ ਸਾਰਾ ਕੁਛ ਲੱਗ ਗਿਆ। ਅਤੇ ਹਰ ਰੋਜ਼ ਉਸ ਵਾਰਡ ਦੇ ਵਿੱਚ ਜਿਹਦੇ 'ਚ ਅਸੀਂ ਬੈਠੇ ਸੀ, ਕਿਸੇ ਇਸ ਬੈੱਡ 'ਤੇ ਮੌਤ ਹੋ ਜਾਣੀ, ਕਿਸੇ ਦੀ ਕਿਸੇ ਇਸ ਬੈੱਡ 'ਤੇ ਮੌਤ ਹੋ ਜਾਣੀ, ਬੈੱਡ ਸ਼ੀਟ ਵੀ ਉੱਪਰੋਂ ਲਾਹ ਲਈ ਜਾਂਦੀ ਸੀ ਵੀ ਉਹ ਮਰੇ ਹੋਏ ਬੰਦੇ ਤੋਂ। ਕਈ ਵਾਰੀ ਐਸੇ ਹਾਲਾਤ ਦੇਖਣੇ, ਕੋਲ ਖੜ੍ਹੀ ਪਤਨੀ ਰੋਂਦੀ ਹੋਣੀ ਜਾਂ ਮਾਂ ਰੋਂਦੀ ਹੋਣੀ, ਤਾਂ ਉਹਨਾਂ ਨੂੰ ਬੋਡੀ ਚੱਕਣ ਮੌਕੇ ਵੀ ਕੋਈ ਉਸ ਟਾਈਮ ਸਪੋਰਟ ਨਹੀਂ ਸੀ ਮਿਲਦੀ। ਉਹ ਦਿਲ 'ਚ ਦਰਦ ਦੇਖਿਆ, ਸਾਨੂੰ ਐਂ ਲੱਗਦਾ ਵੀ ਸਾਡੇ ਬਾਪੂ ਨਾਲ ਵੀ ਐਂ ਹੋਣੀ ਆ ਇੱਕ ਦਿਨ, ਵੀ ਐਂ ਇੱਕ ਦਿਨ ਇਹਨੇ ਵੀ ਪਿਆ ਰਹਿ ਜਾਣਾ।